ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਫਿਰ ਤੋਂ ਮੈਂ ਤੁਹਾਡੇ ਨਾਲ ਮੈਂ ਜਾ ਰਹੀ ਹਾਂ ਇੱਕ ਨਵੀਂ ਰੈਸਪੀ ਬਣਾਉਣ। ਪਤਾ ਕੀ ਹੈ? ਤੋਰੀਆਂ ਔਰ ਦਾਲ। ਤੇ ਆਓ ਬਣਾਉਣ ਚੱਲੀਏ ਤੋਰੀਆਂ ਔਰ ਦਾਲ। ਤੇ ਇਹ ਜੀ ਮੇਰੀਆਂ ਤੋਰੀਆਂ, ਇਹ ਦੇਖੋ ਇਸ ਤਰ੍ਹਾਂ ਬਹੁਤ ਬਰੀਕ ਕੱਟਣੀਆਂ ਨੇ। ਤੇ ਲੈਣੀਆਂ ਨੇ ਅਸੀਂ ਬਹੁਤ ਪਤਲੀਆਂ ਵਾਲੀਆਂ ਤੋਰੀਆਂ ਨੇ, ਜਿਹੜੀਆਂ ਛੋਟੀਆਂ ਹੁੰਦੀਆਂ ਨੇ। ਮੋਟੀਆਂ ਵਾਲੀਆਂ ਤੋਰੀਆਂ 'ਚ ਨਾ ਉਹ ਟੇਸਟ ਨਹੀਂ ਹੁੰਦਾ, ਠੀਕ ਹੈ ਜੀ? ਤੇ ਹੈਗੀ ਹੈ ਸਾਡੀ ਦਾਲ, ਜੋ ਅੱਧੀ ਕਟੋਰੀ ਹੈ ਮਸਰਾਂ ਦੀ ਲਾਲ ਵਾਲੀ ਦਾਲ, ਜਿਹਨੂੰ ਮੈਂ ਭਿਓ ਕੇ ਰੱਖਿਆ 15-20 ਮਿੰਟ, ਠੀਕ ਹੈ ਜੀ? ਤੇ ਇਹ ਹੈਗਾ ਮੇਰਾ ਪਿਆਜ਼, ਬਿਲਕੁਲ ਇੱਕ ਛੋਟਾ ਜਿਹਾ ਪਿਆਜ਼, 5-7 ਤੁਰੀਆਂ ਲਸਣ ਦੀਆਂ ਨੇ। ਇਹ ਦੇਖੋ ਇਹਨੂੰ ਵੀ ਅਸੀਂ ਐਵੇਂ ਕੱਟ ਲੈਣਾ, ਠੀਕ ਹੈ ਜੀ? ਹੋਰ ਇਹਦੇ 'ਚ ਕੁਛ ਨਹੀਂ ਪਾਉਣਾ। ਅਤੇ ਹੁਣ ਮੇਰਾ ਆਇਲ ਜਿਹੜਾ ਗਰਮ ਹੋ ਚੁੱਕਾ ਹੈ, ਅਤੇ ਮੈਂ ਪਾਉਣ ਜਾ ਰਹੀ ਹਾਂ ਇਹਦੇ 'ਚ ਲਸਣ ਔਰ ਪਿਆਜ਼, ਠੀਕ ਹੈ ਜੀ? ਤੋਰੀਆਂ ਤਾਂ ਤੁਸੀਂ ਹਰ ਕਿਸੇ ਨੇ ਬਣਾਈਆਂ ਹੋਣਗੀਆਂ, ਲੇਕਿਨ ਤੋਰੀਆਂ ਅਤੇ ਦਾਲ ਮੈਨੂੰ ਲੱਗਦਾ ਘੱਟ ਹੀ ਲੋਕਾਂ ਨੇ ਬਣਾਈਆਂ ਹੋਣਗੀਆਂ, ਬਹੁਤ ਘੱਟ ਲੋਕਾਂ ਨੇ। ਅਤੇ ਮੈਂ ਚਾਹੁੰਦੀ ਹਾਂ ਜੋ ਅਸੀਂ ਖਾਧਾ ਹੋਇਆ ਨਾ ਬਚਪਨ ਵਿੱਚ ਉਹ ਤੁਹਾਨੂੰ ਵੀ ਟੇਸਟ ਕਰਵਾਈਏ, ਠੀਕ ਹੈ ਜੀ? ਇਹ ਹਲਕਾ ਹੀ ਲਾਲ ਕਰਨਾ ਅਸੀਂ, ਜ਼ਿਆਦਾ ਨਹੀਂ ਕਰਨਾ, ਲਾਈਟ ਬਰਾਊਨ ਕਰਾਂਗੇ ਮਸਾਲਾ ਇਸ ਤਰ੍ਹਾਂ ਕਰਕੇ। ਇਹ ਲਓ ਜੀ, ਜ਼ਿਆਦਾ ਮਸਾਲਾ ਲਾਲ ਨਹੀਂ ਕਰਨਾ ਅਸੀਂ, ਬਸ ਇਸ ਤਰ੍ਹਾਂ ਦਾ ਹੀ ਰੱਖਣਾ, ਠੀਕ ਹੈ ਜੀ? ਤੇ ਮੈਨੂੰ ਦੱਸਣਾ ਜ਼ਰੂਰ ਕਿ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ ਜਾਂ ਤੁਸੀਂ ਵੀ ਬਣਾਉਂਦੇ ਹੋ ਤੋਰੀਆਂ ਦਾਲ। ਮੈਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਅਤੇ ਬਣਦੀਆਂ ਵੀ ਬਹੁਤ ਟੇਸਟੀ ਹੈ, ਬਸ਼ਰਤ ਹੈ ਕਿ ਤੋਰੀਆਂ ਜਿਹੜੀਆਂ ਤਾਜ਼ੀਆਂ ਹੋਣੀਆਂ ਚਾਹੀਦੀਆਂ ਨੇ ਔਰ ਪਤਲੀਆਂ ਪਤਲੀਆਂ ਹੋਣੀਆਂ ਚਾਹੀਦੀਆਂ ਨੇ। ਇਹ ਪਾਉਣ ਜਾ ਰਹੀ ਹੈ ਜੀ ਹਲਦੀ, ਇਹ ਮਿਰਚ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣੀ ਹੈ ਕਿਉਂਕਿ ਮਿਰਚਾਂ ਅਸੀਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਖਾਂਦੇ ਹਾਂ। ਅਤੇ ਪਾਵਾਂਗੀ ਮੈਂ ਇਹਦੇ 'ਚ ਨਮਕ, ਠੀਕ ਹੈ ਜੀ? ਇਸ ਤਰ੍ਹਾਂ ਕਰ ਦੇਣਾ ਮਿਕਸ ਕਰਕੇ। ਹੁਣ ਪਾਵਾਂਗੀ ਇਹਦੇ 'ਚ ਤੋਰੀਆਂ ਜੋ ਬਹੁਤ ਬਰੀਕ ਕੱਟੀਆਂ ਹੋਈਆਂ, ਦੇਖੋ ਤਾਂ ਹੀ ਮਿਕਸ ਹੋਣਗੀਆਂ ਦਾਲ 'ਚ, ਇਸ ਤਰ੍ਹਾਂ ਕਰਕੇ ਸਾਰੀਆਂ ਪਾ ਦੇਣੀਆਂ ਅਸੀਂ। ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ ਇਹਦੇ 'ਚ, ਬਿਲਕੁਲ ਥੋੜ੍ਹਾ ਜਿਹਾ, ਬਿਲਕੁਲ ਥੋੜ੍ਹਾ ਜਿਹਾ, ਠੀਕ ਹੈ ਜੀ? ਤੈਨੂੰ ਇਸ ਤਰ੍ਹਾਂ ਇਸ ਤੋਂ ਹਿਲਾ ਕੇ ਥੋੜ੍ਹੀ ਦੇਰ ਵਾਸਤੇ ਰੱਖਾਂਗੇ, 2-3 ਮਿੰਟ, 2-3 ਮਿੰਟ ਬਾਅਦ ਦਾਲ ਪਾਉਣੀ ਅਸੀਂ ਇਹਦੇ ਵਿੱਚ, ਜ਼ਰਾ ਥੋੜ੍ਹੀਆਂ ਜਿਹੀਆਂ ਹੋ ਜਾਣ ਤਾਂ ਅੱਛੀ ਤਰ੍ਹਾਂ ਮਿਕਸ ਹੋ ਜਾਣਗੀਆਂ ਦਾਲ ਵਿੱਚ, ਜਿਹੜੀਆਂ ਬਹੁਤ ਅੱਛੀਆਂ ਲੱਗਣਗੀਆਂ। ਦਾਲ ਘੀਆ ਤਾਂ ਸਭ ਬਣਾਉਂਦੇ ਨੇ, ਛੋਲਿਆਂ ਦੀ ਦਾਲ 'ਚ ਘੀਆ ਬਣਦਾ, ਲੇਕਿਨ ਮੈਨੂੰ ਵੀ ਲੱਗਦਾ ਕਿ ਤੋਰੀਆਂ ਕਿਸੇ ਨੇ ਘੱਟ ਹੀ ਬਣਾਈਆਂ ਹੋਣੀਆਂ, ਔਰ ਤੋਰੀਆਂ ਮੈਂ ਕਈ ਤਰ੍ਹਾਂ ਬਣਾ ਕੇ ਦਿਖਾਵਾਂਗੀ, ਭਰਵਾਂ ਤੋਰੀ ਵੀ ਅੱਛੀ ਲੱਗਦੀ ਹੈ। ਔਰ ਮਾਂ ਦੀ ਦਾਲ ਵਿੱਚ ਬੜੀ ਪਾ ਕੇ ਨਾ ਮਾਂ ਦੀ ਦਾਲ ਦੀ ਤੋਰੀਆਂ, ਉਹ ਵੀ ਬਹੁਤ ਅੱਛੀਆਂ ਬਣਦੀਆਂ ਨੇ ਬਣਾਉਣੇ। ਤਾਂ ਅੱਜ ਕਰੇਲੇ ਸੀ, ਕਿਸੇ ਵਜ੍ਹਾ ਕਰਕੇ ਕਰੇਲੇ ਕੈਂਸਲ ਹੋ ਗਏ। ਤੋਰੀਆਂ ਸਾਡੇ ਘਰ ਨਾ ਬਹੁਤ ਸਾਰੀਆਂ ਹੁੰਦੀਆਂ ਸੀ, ਬਹੁਤ ਵਿਹਲਾ ਸੀ ਤੋਰੀਆਂ ਦੀਆਂ, ਤਾਜ਼ੀਆਂ ਤੋਰੀਆਂ ਤੋੜਨੀਆਂ ਅਤੇ ਉਹਨਾਂ ਦਾ ਤਾਂ ਟੇਸਟ ਹੀ ਕੁਛ ਹੋਰ ਹੁੰਦਾ ਸੀ। ਅਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ, ਨਵੀਂ ਰੈਸਪੀ, ਜੋ ਤੋਰੀਆਂ ਨੂੰ ਪਹਿਲੇ ਡੋਡੀਆਂ ਲੱਗਦੀਆਂ ਨੇ ਨਾ, ਬਾਅਦ 'ਚ ਫੁੱਲ ਬਣਦੇ ਨੇ, ਤਾਂ ਤੁਸੀਂ ਦੇਖਿਆ ਹੋਏਗਾ ਅਕਸਰ ਕਿ ਉਹ ਜਿਹੜੀਆਂ ਡੋਡੀਆਂ ਨੇ ਨਾ ਜ਼ਿਆਦਾ ਸਾਰੀਆਂ ਐਵੇਂ ਵੇਸਟ ਗਿਰ ਜਾਂਦੀਆਂ ਨੇ, ਅਤੇ ਕੁਛ ਹੀ ਡੋਡੀਆਂ ਨੂੰ ਤੋਰੀਆਂ ਲੱਗਦੀਆਂ ਨੇ ਫੁੱਲ ਬਣ ਕੇ, ਅਤੇ ਬਾਕੀ ਡੋਡੀਆਂ ਜਿਹੜੀਆਂ ਸਾਡੀਆਂ ਵੇਸਟ ਜਾਂਦੀਆਂ। ਅਤੇ ਜੀ ਮੈਂ ਤਾਂ ਉਹ ਵੀ ਵੇਸਟ ਨਹੀਂ ਜਾਣ ਦਿੰਦੀ ਸੀ, ਮੈਂ ਡੋਡੀਆਂ ਦੀ ਵੀ ਸਬਜ਼ੀ ਬਣਾਉਂਦੀ ਸੀ, ਉਹਨਾਂ ਡੋਡੀਆਂ ਨੂੰ ਉਬਾਲ ਕੇ ਫਿਰ ਉਹਨਾਂ ਨੂੰ ਨਿਚੋੜ ਕੇ ਲਸਣ ਔਰ ਦੀ ਪੇਸਟ ਬਣਾ ਕੇ ਅਦਰਕ ਦੀ ਉਹਨੂੰ ਤੜਕਾ ਲਗਾ ਕੇ ਬਹੁਤ ਟੇਸਟੀ ਬਣਦੀਆਂ ਸੀ ਉਹ ਵੀ। ਜੇ ਕਿਸੇ ਦੇ ਘਰ ਤੋਰੀਆਂ ਲੱਗੀਆਂ ਨੇ ਤਾਂ ਤੁਸੀਂ ਵੀ ਬਣਾ ਕੇ ਜ਼ਰੂਰ ਦੇਖਣਾ ਕਿ ਡੋਡੀਆਂ ਦੀ ਸਬਜ਼ੀ ਕਿੰਨੀ ਟੇਸਟੀ ਬਣਦੀ ਹੈ। ਇਹ ਦੇਖੋ ਜੀ ਇਸ ਤਰ੍ਹਾਂ ਦੀਆਂ ਹੋ ਗਈਆਂ ਮੇਰੀਆਂ ਤੋਰੀਆਂ, ਥੋੜ੍ਹੀ ਜਿਹੀ ਦੇਰ ਹੋਰ ਕਿ ਦਾਲ ਵਿੱਚ ਅੱਛੀ ਤਰ੍ਹਾਂ ਗਲ ਜਾਣ। ਬਸ ਇੱਕ ਗੱਲ ਯਾਦ ਰੱਖਣੀ ਹੈ ਕਿ ਤੋਰੀਆਂ ਜਿਹੜੀਆਂ ਸੀ ਪਤਲੀਆਂ ਲੈਣੀਆਂ, ਛੋਟੀਆਂ ਤੋਂ ਛੋਟੀਆਂ ਲੈਣੀਆਂ, ਤਾਜ਼ੀਆਂ ਇੱਕਦਮ, ਵੱਡੀ ਤੋਰੀ 'ਚ ਉਹ ਜਿਹਾ ਟੇਸਟ ਨਹੀਂ ਹੁੰਦਾ। ਜੇ ਤੁਸੀਂ ਅੱਧੀ ਕਟੋਰੀ ਦਾਲ ਦੀ ਬਣਾਉਣ ਜਾ ਰਹੇ ਹੋ ਤਾਂ 4-5 ਤੋਰੀਆਂ ਤਾਂ ਹੋਣੀਆਂ ਹੀ ਚਾਹੀਦੀਆਂ ਨੇ, ਠੀਕ ਹੈ ਜੀ? ਹੁਣ ਪਾਵਾਂਗੇ ਇਹਦੇ 'ਚ ਦਾਲ ਜੋ 15-20 ਮਿੰਟ ਹੀ ਭਿਓਈ ਹੈ ਮੈਂ,
लाल वाली दाल क्यों ही इस करके है कि एकदम गल ना जाए, भिजी हुई दाल ना थोड़ा टाइम लेंदी है, तो मैं इस करके भिओई है थोड़ी देर कि तोरिया के बीच ही मिक्स होए, ज़्यादा ना गल जाए। इस तरह करके हम पाई असी दाल। कई चीज़ें यहो जी ने जो बच्चे ने नहीं खादिया, जो असी खादिया हुई हैं बना बना के, साडा अपना तजर्बा सी, तो बच्चों ने तो बस यह देखना कि कोई तरह बनती होगी सब्जी, बस उसी तरह ही बनाओ। लेकिन जड़े नवे बच्चे जरूर बना के देखन, तेरा टेस्ट भी देखन कि किस तरह का होएगा। बस हूँ इन एक सीटी लगवानी है पानी पा के, पानी भी असी अपने हिसाब न पाना कि जिन्ना कुछ दाल च पाना सी, ठीक है ना, ज़्यादा नहीं पाना। देखो क्योंकि तोरिया ज़्यादा पानी चाहिए नहीं, हम बस दाल वास्ते ही पाना है असी। तो हूँ एक सीटी लगवा के मैं थानू फिर दिखाती हाँ, ठीक है जी। हाँ जी, सीटी आ चुकी है, एक सीटी लगवानी है असी, तो हम देखती हाँ खोल के कि हो चुकी है साड़ी दाल। ये वो नहीं है जो थोड़ी मिक्स दाल नहीं हुई हाले एक सीटी तो बाहर, तो तुम रख सकते हो उपर इस तरह ही मिक्स कर सकते हो, ठीक है जी। वैसे देखो हो ही चुकी है करीब करीब, बस दो मिनट असी हो रखांगे कि मिक्स हो जाए अच्छी तरह, क्योंकि वैसे कोई कसर नहीं है, लेकिन इनू खोल के एक बार मिक्स करना पैंदा है जिस तरह कोई भी सब्जी असी करते हैं। देखो इस तरह भी हो जाएगी, चंगी तरह मिक्स करनी है, तो गरम मसाला पाना थोड़ा जहा, बस इनू घट ही टाइम लगता है, बहुत जल्दी बन जाती है। तो मैं पता है सरला फैमिली मेरी वीडियो देखती है, तो उन्होंने खास रिक्वेस्ट है कि तुसी तोरिया दाल जरूर बनाना, मुर्गा भूल जाओगे, मुर्गे घट खाया करो, बना के जरूर देखना जी। आए मेरे नानके ने, ये हैगे ने रावलपिंडी साइड तो, इन्हों का खाना और साडा खाना थोड़ा फर्क है, इस करके इन्हों मैं खास तौर पर कह रही हूँ कि बना के जरूर देखना। ए लो जी हो चुकी है साड़ी दाल, यह देखो हूँ पावे ये थोड़ा जहा गरम मसाला, ये कोई टमाटर नहीं पैना, कोई अदरक नहीं पैना, सिर्फ लसन और प्याज का तड़का सी। यह देखो बस थोड़ा जहा मसाला पावे, कोई सिंपल वाला, धनिया जीरा और काली मिर्च, ठीक है जी। तो हूँ मैं डोंगे च पा के शो कर दी हाँ, दिखाती हाँ तुहानू, बना के जरूर देखना ता ही पता चलेगा किस तरह का टेस्ट आ रहा है। मैनू तो बहुत अच्छी खुशबू लग रही है और देखने च भी बहुत अच्छी लग रही है। देखो जी हो गया मेरी दाल और तोरियां तैयार। ज़्यादातर बच्चे ना तोरियां नहीं लाइक करते हैं, तो जेड़े बच्चे नहीं खाते उन्होंने तुम इस तरह बना के खवा सकते हो। दाल में तोरियां नज़र नहीं आंदियां, पता नहीं चलता, तो बच्चे जरूर खा लेंगे। तो जिन्होंने मेरी रेसिपी पसंद आई है, वीडियो ज़्यादा तो ज़्यादा शेयर करना जी, पेज फॉलो करना ना भूलना, तो फिर मिलते हैं एक नवी रेसिपी नाल, तद तक लई सत श्री अकाल जी।